पाकिस्तान ते पाकिस्तान तो बाहर आने वाले लखां चाहण वाले ते वेखण वाले व्यूअर्स नूं मोहसन अली दा सलाम। तुसीं वेख रहे हो पंजाबी कल्चर ते पंजाबी कल्चर दे लिहाज नाल अज असीं तुहानूं विखावांगे एक पंजाब दे एक डेरे दा माहौल, उन्हां दा रहन सहन तुहानूं विखावांगे कि ओह किस तरह रहिंदे ने, किस तरह ओह अपनी जिंदगी गुजार रहे ने। ते आओ चलने आ तुहानूं विखाने आ, आ जाओ जी। जिंदगी लग रही है माल डंगर दा, तो सवेरे किस टाइम उठदे हो ते की करदे हो माल डंगर दा? डंगर किनू सद्दे हो? माल किन सद्दे हो? इंसान। माल किन सद्दे हो? नहीं माल तो हुंदा है भैया, माल जनाब आ रहे, कपड़े का माल आ रहा है, बर्तना का माल आ रहा है, तुसी किन माल सद्दे हो? अच्छा तो सुना मच्छी बड़ी खाना है? चोरी खाना है? अपनी दा नंदी दा? अच्छा अच्छा चलो जी बैठो तुसी। अस्सलाम वालेकुम जी। जी वालेकुम अस्सलाम जनाब, की हाल है डॉक्टर साहब? सेहत तबीयत अपनी ठीक ही ने? अल्लाह का बड़ा शुक्र है। आज किवें साडे डेरे ते चक्कर लगा तुहाडा जनाब दा? आज बस देखण आया तुहाडा माहौल वेखण आया किस तरह तुसी रहंदे आए। अल्हम्दुलिल्लाह जनाब, अल्लाह का बड़ा एहसान है। आज सूरजमुखी अपनी कणक है, घा है, फसल मकई है, आज डेरा बड़ा सोहना बनाया है, सौ भरा आमदा जांदा है, ਉਹਨਾਂ ਕੋਲ ਬਵੀਦਾ ਚਾਹ ਪਾਣੀ ਦੇਵੀ ਦਾਖਿਨਾ ਦੀ ਖਿਦਮਤ ਕੀਤੀ, ਆਪਣੇ ਡੰਗਰਾਂ ਨੂੰ ਪੱਠੇ ਛੱਠੇ ਪਾਏ, ਸਵੇਰੇ ਉੱਠੀ ਦਾ 5 ਵਜੇ ਉੱਠ ਕੇ ਬਾਹਰ ਬੱਦੀਆਂ ਬਾਨ ਕੇ ਉਹਨਾਂ ਜਨਾਬ ਪੱਠੇ ਗੱਤੇ ਦੁੱਧ ਚੋਇਆ ਧੋਦੀ ਆ ਗਿਆ ਉਹਨਾਂ ਨੂੰ। ਇਹ ਤਾਂ ਬਈਮਾਰੀ ਕੋਈ ਨਹੀਂ ਆਉਣ ਦਿੰਦਾ ਪਿਆ। ਉਹ ਤਾਂ ਡਾਕਟਰ ਸਾਹਿਬ ਸਾਡੇ ਕੋਲ ਇੰਟਰਵਿਊ ਸਾਡਾ ਇਹ ਹੀ ਨਹੀਂ ਹੋ ਜਾਂਦੀ ਤੁਸੀਂ? ਅੱਛਾ ਉਹ ਸਾਡੇ ਕੋਲ ਜਿਹੜਾ ਇੰਟਰਵਿਊ ਦੀ ਗੱਲ ਸੀ ਉਹ ਆਪਣੀ ਪਕੜਿੰਦੇ ਆਮ। ਅੱਜ ਤੁਸੀਂ ਤੂਫੋ ਲੈਣ ਆਏ ਹੋ ਤੇ ਅੱਜ ਤਾਂ ਮੈਨੂੰ ਜੀ ਉੱਥੇ ਲੋੜ ਪੈ ਗਈ ਹੈ ਥੋੜੀ ਜਿਹੀ ਤੂੜੀ ਦੀ ਤੇ ਉਹ ਲਵੇਂ ਆਇਆ ਡੇਰੇ ਆਪਣੇ ਤੋਂ। ਤੇ ਕੀ ਤੂੜੀ ਕੀ ਕਰਨੀ ਆਏ ਤੁਸੀਂ? ਉਹ ਜੀ ਉਹ ਜਿੰਨਾ ਮੰਗੀ ਆਏ ਨਾ ਜੀ ਉਹਨਾਂ ਕੋਲ ਵੀ ਡੰਗਰਾ ਰਹੇ ਨੇ। ਇਹਨੂੰ ਜਾਣਦੇ ਹੋ ਜਿਹੜਾ ਆ ਬੰਦਾ ਹੈ? ਹਾਂ ਜੀ ਮੰਮਾ ਨਵਾਜ਼ ਹੋ। ਹਾਂ ਇਹਨੂੰ ਜਾਣਦੇ ਹੋ ਜੀ? ਬੜੀ ਚੰਗੀ ਤਰ੍ਹਾਂ ਜਾਣਦਾ ਮੋ ਸੇਠ ਸਾਹਿਬ ਐਂ ਠੀਕ ਚੌਧਰੀਆਂ ਕੋਲ ਹੁੰਦੇ ਨੂੰ। ਅੱਛਾ 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 ਜੀ ਆ ਤੇ ਇਹ ਤਾਂ ਕੀ ਕੰਮ ਹੈ? ਇਹ ਤਾਂ ਚੌਧਰੀ ਬਣਿਆ ਆ ਤੇ ਬੜਾ ਮੈਂ ਤਾਂ ਇਹਨਾਂ ਉਹ ਜੀ ਅੱਲਾ ਦੀ ਮਿਹਰਬਾਨੀ ਨਾਲ ਜੀ ਉਹ ਚੌਧਰੀਆਂ ਨਾਲ ਇਹਨ ਜੀ ਆ ਜੀ ਅਸੀਂ ਵੀ ਆਵੀਏ ਤੇ ਸਾਨੂੰ ਵੀ ਇਹ ਆਖ ਸਕਦਾ ਬਾਈ ਜੀ ਉਹ ਮੇਰੇ ਕੋਲੋਂ ਸ਼ਾਇਦ ਕੁਛ ਨਹੀਂ ਹੈ ਤਾਂ ਜਿੰਦੀ ਹੈ ਮਰ ਉਹ ਤਾਂ ਹੀ ਚੌਧਰੀ ਸਲੀਮ ਦਿਲ ਜਿਸਲੇ ਆਪ ਸਾਈ ਨਾਮ ਪਿਛਲਾ ਚੌਧਰੀ ਬਣ ਬਣਦਾ। ਠੀਕ ਹੈ ਉਹ ਡਾਕਟਰ ਸਾਹਿਬ ਹੁਣ ਮੈਂ ਤੇਰੇ ਕੋਲ ਆ ਜਾਵਾਂ ਜੇ ਤੇਰੇ ਕੰਪੋਡਰ ਅੱਗੋਂ ਨਾ ਆਵਣ ਤੇ ਤੂੰ ਤਾਂ ਕਿਨਾਂ ਦਾ ਦਵਾਈ ਦੇਖੀ ਪਈ ਕੋਈ ਆ ਜਾਂਦਾ ਨਾ ਤਾਂ ਪੱਤੀ ਵੇਖ ਕੇ ਇਹਨੂੰ ਦੇ ਛੱਡਦੇ। ਗੱਲ ਹੁੰਦੀ ਹੈ ਨਾ ਜੀ ਇੱਕ ਇਹਦੇ ਤੇ ਮੁੱਢ ਦੋੜਾ ਦੋਣਾ ਚਾਹੀਦਾ ਨਾ ਚੌਧਰੀ ਦੇ। ਹਾਂ ਜੀ ਕਿਉਂ ਨਹੀਂ ਜੀ ਅੱਟੂ ਅੱਲਾ ਦੀ ਕਸਮ ਹੈ ਉਸਾ ਕਿਆ ਬਡੋਲੀ ਚੜਾਉਣ ਮੇਰੀ ਮਜਬੂਰੀ ਆਈ ਪਰ ਔਖੇ ਜ਼ਹਿਨ ਤੋਂ ਲਾਸੋ ਅੱਗੇ ਵਾਂਗੂ ਮੇਰੇ ਆ ਰਾਹਾਂ ਤੇ ਤੁਸੀਂ ਬਾਸੋ ਜਾਂ ਨਾ ਬਾਸੋ ਇਹ ਮੰਨਾ ਖਾਏ ਮੇਰੇ ਸ਼ਹਿਰ ਦੇ ਵਿੱਚ ਉਹ ਤੁਸੀਂ ਮਾਜ਼ੂ ਯਾ ਨਾ ਆਸੋ ਮਨ ਵੰਜੋ ਆ ਕਬਰ ਦੇ ਆਰਿਆਂ ਤਾਈ ਮੇਰੇ ਦਿਲ ਵਿੱਚ ਵਸਦੇ ਰਸੋ। ਕਿਆ ਬਾਤ ਕਿਆ ਬਾਤ ਕਿਆ ਬਾਤ ਆਓ ਜੀ ਤੁਹਾਨੂੰ ਵਿਖਾਨੇ ਆ ਚੌਧਰੀ ਮੁਹੰਮਦ ਨਵਾਜ਼ ਦਾ ਮਾਲ ਮਵੇਸ਼ੀ ਤੇ ਜਿਵੇਂ ਜਿਵੇਂ ਸਵਾੜਾ ਰੱਖਿਆ ਆ ਪੜੋ ਜੀ ਚਲੋ ਸਾਡੇ ਨਾਲ ਤੁਸਾਂ ਦੱਸਣੇ ਨੇ ਸਾਨੂੰ ਕਿ ਤੁਹਾਡੇ ਡੰਗਰ ਕਿਹੜੇ ਕਿਹੜੇ ਨੇ ਤੇ ਕਿੱਥੇ ਕਿੱਥੇ ਤੁਹਾਡੇ ਡੰਗਰ ਨੇ? ਆਪਣੇ ਡੰਗਰ ਨੇ? ਠੀਕ ਹੈ ਜੀ ਤੂੰ ਪੱਠੇ ਕਿਹੜੇ ਡੰਗਰਾਂ ਨੂੰ ਪੈਣੇ?
थले भी बदे ने ट्राला भी हुंदा है। रिकॉर्ड कर दिया ने दुध कि नापे दे छड़दियां फल कि सद फल अमरूद नो सारिया मंजी तेरिया ने ममा नवाज दियां इस साइड ते ने ते दूजिया पछड़ा पुछड़ा उस साइड ते जमींदी दलिया के नहीं तो गल सही है इन कि वाह जी वाह क्या बात है। ये मतलब जो तो काम ना करना अपने आप नूं फोटो देने वास्ते नजर आ रहे जानवर ए दूध नहीं देंदे लिहाजा नवाज दा भाई जान डंगर नहीं प्यार है जो सत मारे तो डंगर आने आवाज मार कर कितने ना मैं पिछा जा रहा ਹਨੇਰੀ ਆਵੇ ਮੌਸਮ ਖਰਾਬ ਹੋਵੇ ਸਰਦੀ ਹੋਵੇ ਇਹ ਜਨਾਬ ਜਾਨਵਰਾਂ ਦੀ ਰਿਹਾਇਸ਼ ਹੈ ਤੇ ਇਹਨਾਂ ਨਾਲ ਕਦੇ ਕਦੇ ਮੁਹੰਮਦ ਨਵਾਜ਼ ਵੀ ਇੱਥੇ ਸੈਂਪ ਹੁੰਦਾ ਹੈ ਕਿਉਂਕਿ ਫਰਕ ਕੋਈ ਨੀ ਨਾ ਇੱਕ ਹੀ ਗੱਲ ਹੈ ਇਸ ਕਦੀ ਵੀ ਜਾਨਵਰ ਆਪਣੇ ਆਪ ਕਦੀ ਫਰਕ ਨਹੀਂ ਸਮਝਿਆ ਇਹ ਜਨਾਬ ਆਪਣੇ ਆਪ ਨੂੰ ਜਾਨਵਰਾਂ ਦੇ ਨਾਲ ਰੱਖਦਾ ਹੈ ਐਂਦਾ ਕਿ ਮੈਂ ਤੇ ਜਾਨਵਰਾਂ 'ਚ ਕੋਈ ਫਰਕ ਨਹੀਂ ਹੈ ਗੋਏ ਦੇ ਥਲੇ ਚੁੱਪ ਮਾਥਾ ਪਿਆ ਕੀ ਐ ਆ ਕੀ ਇਹਨ ਕੀ ਸੱਦੇ ਹੋ ਐਂਜੀ ਗੋਬੋ ਇਹਦਾ ਕੀ ਕਰਦੇ ਹੋ ਤੁਸੀਂ ਅੱਜ ਬਾਹਰ ਆ ਰਹੇ ਇਹ ਤੋਂ ਚਾਹ ਕੇ ਬਾਹਰ ਲੈਣੇ ਨਹੀਂ ਕਿਵੇਂ ਕਰਕੇ ਆ ਮੈਨੂੰ ਪਾਣ ਥੱਪ ਕੇ ਕਿਵੇਂ ਥੱਪਣਾ ਆਖ ਨਾ ਕਰਕੇ ਬਤਾਓ ਜੀ ਬਾਜੀ ਥੱਪ ਦੀ कबूतर शबूतर कौन रखे कुत्ते गिदड़ पै जाए कोई सेब पै जाए कोई बिगाड़ पै जाए की करना आप पत्थी पै जाने लो जी दोस्तो तुसी वेख रहे हो ए जानवरां दी रिहायश जिथे जानवर रहिंदे ने असी इंशाला थोड़े दिन तक थोन विखावे कि होर जट किस तरह बंदे ने जिन्हें ये बड़ा गंदा माहौल रखा हों लेकिन साढ़े चौधरी मुहम्मद नवाज साहब ने उन्हें देखो जी उन्होंने कि अच्छी सफाई की अगर मेरा कैमरा मैन थोड़ा विखा सके
चेक कर लो जिस तरह घर की सफाई होंगी इस तरह उन्होंने बड़ी अच्छी सफाई रखी है क्योंकि साढ़े चौधरी मम्मन नवाज का यह मनना है उनका यह अकीदा है कि सफाई निसफ ईमान है ते इस वास्ते सफाई निसफ ईमान नू खात मलूजे खातर रखदे होया जानवरां दी रिहायश भी बड़ी सफाई रखता है ते अपनी सफाई इंदी बिलकुल कोई नहीं वो अपने तो लागू नहीं करता वो आंदा है कि बस मेरे जानवर ठीक रहन जानवर साफ रहन ते मेरी खैर है क्योंकि जानवरां इच चौधरियां दी इज्जत हुंदी है चौधरी मम्मन नवाज साहब ए की चीज है साफ डंगर पानी पिवान वास्ते जी जेड़े गंदे डंगर उन्हां नूं पानी पिवांदे असीं ना थोड़ी जी केयर कीती है कि डंगर जेड़े नूं ज्यादातर ना नहाउण च चिक्कड़ च इस चीज ते राजी रहिंदे लेकिन पीण वास्ते उन्हां दीआं बीमारियां वास्ते साफ पानी दा इंतजाम लाजमी है नहीं मम्मन नवाज कह रहा है कि साफ डंगरां वास्ते पानी है जी जेड़े गंदे डंगर उन्हां नूं की पिवांदे नहीं डंगर टोटल साफ पानी पींदे ने लेकिन उन्हां दे नहाउण वास्ते असां बकायदा जेड़ा ना मणे हुंदी वास्ते इक स्विमिंग पूल टाइप या छप्पड़ जानवरां दा स्विमिंग पूल आओ कसां नूं दिखाओ जानवरां दा स्विमिंग पूल कित्थे वे मतलब साफ जानवर साफ बिलकुल ठीक है नाता माजा इतना डंगर तेरी जान ने तेरी शान ने मुड़ तू इत उन्हां नूं गंदे पानी नवाना तू क्यों नहीं नहाउंदा असल नवाज है ना तू आखरी बार नाता कर मेरी गल सुन कल नाता है अच्छा तेन की मैं पता क्यों मैं नाल हुन्ना मैं इंदा गन मैन भी हां मैं समझो ते इंदा मेरा कोई ऐसा सीरी आला या चौधरी आला वो कोई तल्लक नहीं इंदा मेरा भाई आला तल्लक है ठीक है अज तक मैं इस चीज नु नहीं नोटिस लेंदा कि कुबार है या मैं गोंदल ठीक है जी इंदे मेरे तल्लक दोस्ताना ने पता लग रहा है ठीक है जी उम्मीद है कि तुहानू साडी वीडियो पसंद आई होगी मजीद इस तरह की वीडियोस देखने वास्ते तुसी साडा चैनल की करो सब्सक्राइब करो लाइक करो लाइक लाइक करो और घंटी के बटन ते कमेंट करो कमेंट करो कमेंट करो कमेंट करो ते शेयर करो शेयर करो हुणे अपने आप तो आख सारा कुछ चलो जी अस्सलाम वालेकुम मिलांगे अगली वीडियो च।